ਅਰਦਾਸ ਕਰਨ ਵਾਲੀ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਕੋਟੀਆਂ ਚਲਾਚਣਾ ਵਾਲੀ ਮੋਦੀ ਤੇ ਕੈਪਟਨ ਸਰਕਾਰ ਮੁਰਦਾਬਾਦ ਤੀ ਜਥੇਬੰਦੀਆਂ ਵੱਲੋਂ 15 ਦਿਨਾਂ ਲਈ ਮਾਲ ਗੱਡੀਆਂ ਤੇ ਯਾਤਰੂ ਗੱਡੀਆਂ ਨੂੰ ਰਾਹ ਦੇਣ ਬਾਰੇ ਫੈਸਲੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਆਪ ਨੂੰ ਉਹਨਾਂ ਨਾਲੋਂ ਵੱਖ ਕਰ ਲਿਆ। ਉਹ ਆਪਣੀ ਜ਼ਿੱਦ ਤੇ ਅੜੇ ਹੋਏ ਨੇ ਕਿ ਉਹ ਸਿਰਫ ਮਾਲ ਗੱਡੀਆਂ ਨੂੰ ਰਸਤਾ ਦੇਣਗੇ ਪਰ ਯਾਤਰੂ ਗੱਡੀਆਂ ਨੂੰ ਨਹੀਂ। ਉਹਨਾਂ ਇੱਕ ਯਾਤਰੂ ਗੱਡੀ ਨੂੰ ਰਸਤੇ 'ਚ ਹੀ ਰੋਕ ਦਿੱਤਾ ਅਤੇ ਅੰਮ੍ਰਿਤਸਰ ਕੋਲ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਇੱਕ ਵਾਰ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਟ੍ਰੇਨਾਂ ਨੂੰ ਜਲੰਧਰ 'ਚ ਹੀ ਰੋਕਣਾ ਪਿਆ। किसान मजदूर संघर्ष कमेटी ने कैप्टन दी मीटिंग दा बाइकाट कीता सी। किसान मजदूर संघर्ष कमेटी ने कहा सी कि हो पंजाब च सिर्फ माल गड्डियां चलाउण लई ट्रैक खाली करनगे, ना कि यात्री गड्डियां। इस तहत आज यात्री रेल गड्डी जो दिल्ली तो अमृतसर आनी सी, उस तो पहला ही किसानों ने रेलवे ट्रैक ते जाके प्रदर्शन शुरू कर दिता। उधर जिले के डिप्टी कमिश्नर गुरप्रीत सिंह खहरा का कहना है कि किसान लीडरों नू आखिरी समय तक समझाउण दा पूरा यतन किया गया पर किसान अपनी अड़ी ते अड़े रहे, वह नहीं मने। जिन्हें भी अपने मेंबर से कारकों ने थे कट्ठे हैं गए साड़ी कल भी अपने तड़े जनरल सकत्तर साहब के नाल ऑलमोस्ट पांच छह घंटे ना पीछे चली है। हाँ बाइक चले कर रात प्रधान साहब नाल भी गल हुई है सारे नाल। उन्होंने असी अखीरले वेले तक यही अपील की यार आइडिया थले कर लो थोड़ी जी ਕਿ ਪੈਸੇਂਜਰ ਗੱਡੀ ਜਿਹੜੀ ਹੈ ਅੱਜ ਜਿਹੜੀ ਹੁਣ ਸਵੇਰੇ ਆਉਣੀ ਹੈ ਉਹਦੇ ਆਈਡੀ ਮੇਰਾ ਵੀ ਥੱਲੇ ਕਰ ਲਾ ਆਲਮੋਸਟ ਆਈਡੀ ਧਿਆਨ ਕਰ ਸਾਰੇ ਹੋ ਗਏ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆਉਣੇ ਆ ਔਰ 6-7 ਤੋਂ ਬੰਦਾ ਅੰਮ੍ਰਿਤਸਰ ਉਹਨਾਂ ਨੇ ਜਾਣਾ ਹੈਗਾ ਕਿ ਤੁਸੀਂ ਕਿਉਂਕਿ ਪੂਰੇ ਸੂਬੇ ਦਾ ਇਹ ਫੈਸਲਾ ਸੀਗਾ ਸਰਕਾਰ ਵੱਲੋਂ ਵੀ ਔਰ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ ਸਾਰੀਆਂ ਨੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਉਹਨਾਂ ਨੂੰ ਹੁਣ ਜਾਣ ਦੇਵਾਂਗੇ ਔਰ ਆਪਣੇ ਯਾਰ ਦੇ 15 ਦਿਨਾਂ ਦਾ ਵਕਫਾ ਦਿੱਤਾ ਸੀਗਾ। ਕੇਵਲ ਤੇ ਕੇਵਲ ਆਪਣੀ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੈਸਲਾ ਸੀਗਾ ਜੀ ਅਸੀਂ ਪੈਸੇਂਜਰ ਵੀ ਟ੍ਰੇਨਾਂ ਨਹੀਂ ਜਾਣ ਦੇਵਾਂਗੇ, ਛੱਡ ਦੇਣਗੇ। ਹੁਣ ਇਸ ਵੇਲੇ ਤਕਰੀਬਨ ਸਾਡੀ ਗੱਡੀ ਜਿਹੜੀ ਹੈ ਜੀ ਫਗਵਾੜੇ ਤੱਕ ਪਹੁੰਚ ਗਈ ਹੈ। ਉਹਦੇ ਵਿੱਚ ਛੋਟੇ ਬੱਚੇ ਵੀ ਹੈਗੇ, ਔਰਤਾਂ ਵੀ ਹੈਗੀਆਂ ਨੇ ਔਰ ਹਰ ਬੰਦਾ ਤੁਹਾਨੂੰ ਵੀ ਪਤਾ ਹੈ ਆਪਾਂ ਸਵੇਰੇ ਕਿੱਥੋਂ ਚੱਲ ਕੇ ਤੇ ਆਪਣੇ ਘਰਾਂ ਨੂੰ ਪਹੁੰਚਣਾ ਹੈਗਾ। ਪੂਰਾ ਸੂਬਾ ਔਰ ਅਸੀਂ ਪ੍ਰਸ਼ਾਸਨ ਦੇ ਤੌਰ ਤੇ ਤੁਹਾਡੇ ਧੰਨਵਾਦੀ ਹੋਵਾਂਗੇ ਕਿ ਤੁਸੀਂ ਸਾਡੀ ਅਖੀਰਲੇ ਵੇਲੇ ਤੱਕ ਗੱਲ ਨੂੰ ਸੁਣਿਆ ਔਰ ਮੰਨਿਆ ਹੈਗਾ। ਬਿਕੋਜ਼ ਇਸ ਵੇਲੇ ਵੇਖੋ ਹੁਣ ਤਕਰੀਬਨ 5 ਵਜੇ ਦਾ ਸਮਾਂ ਹੋ ਚੱਲਾ ਹੈ ਜੀ ਔਰ ਗੱਡੀ ਜਿਹੜੀ ਹੈਗੀ ਹੋਰ ਅੱਧੇ ਪੌਣੇ ਘੰਟੇ ਤੱਕ ਅੰਮ੍ਰਿਤਸਰ ਪਹੁੰਚਣੀ ਹੈ ਜੀ। ਸੋ ਮੇਰੀ ਇੱਕ ਇਹੀ ਇੰਦਰਜੀਤ ਜੀ ਤੁਹਾਨੂੰ ਔਰ ਸਾਰੇ ਸੰਘਰਸ਼ ਕਮੇਟੀ ਦੇ ਕਾਰਕੁਨ ਇੱਥੇ ਬੈਠੇ ਆ ਉਹਨਾਂ ਨੂੰ ਮੇਰੀ ਬਿਲਕੁਲ ਹੱਥ ਦੀ ਬੇਨਤੀ ਹੈ ਕਿ ਆਪਾਂ ਆਪਣੇ ਸੰਘਰਸ਼ ਨੂੰ ਜਾਰੀ ਰੱਖੋ, ਕੋਈ ਮੁਸ਼ਕਲ ਨਹੀਂ ਹੈ। ਲੇਕਿਨ ਜਦੋਂ ਇੱਕ ਫੈਸਲਾ ਹੋ ਗਿਆ ਵੀ ਆਪਾਂ ਸਾਰੀਆਂ ਗੱਡੀਆਂ ਹੁਣ ਸਰਕਾਰ ਨੇ ਚਲਾਉਣੀਆਂ, ਆਪਾਂ 15-20 ਦਿਨਾਂ ਦਾ ਸਮਾਂ ਵੀ ਦਿੱਤਾ ਹੈ ਔਰ ਤੁਸੀਂ ਸਾਰੇ ਜਾਣੇ ਆਪਣਾ ਦਿੱਲੀ ਵੀ ਜਾ ਰਹੇ ਹੈਗੇ ਸੰਘਰਸ਼ ਕਰਨ ਲਈ, ਤੇ ਫਿਰ ਕਿੱਡੀ ਕੁ ਗੱਲ ਹੈ ਜੀ ਅਸੀਂ ਆਪਣੀ ਗੱਡੀ ਹੈ ਬੱਚਿਆਂ ਨੂੰ ਤੇ ਲੋਕਾਂ ਨੂੰ ਆਪਾਂ ਆਪਣੇ ਘਰਾਂ ਤੱਕ ਪਹੁੰਚਣ ਦੇਣੀ। ਸੋ ਮੇਰੀ ਤੁਹਾਡੇ ਨਾਲ ਇਹੀ ਅਪੀਲ ਹੈਗੀ ਹੈ ਕਿ ਸਾਡੀ ਇਹ ਜਿਹੜੀ ਹੈ ਪ੍ਰਸ਼ਾਸਨ ਦੀ ਬੇਨਤੀ ਮੰਨੋ ਔਰ ਆਪਣੀ ਇਹ ਮੈਂ ਤੇ ਇਹ ਕਹੂੰਗਾ ਵੀ ਅਖੀਰਲੀ ਜਿਹੜੀ ਤੁਹਾਡੀ ਜਿੱਦ ਹੈ ਇਹਨੂੰ ਛੱਡੀਏ ਜੀ। ਉਧਰ ਕਿਸਾਨਾਂ ਦੀ ਜ਼ਿੱਦ ਦੀ ਝਲਕ ਵੀ ਤੁਸੀਂ ਦੇਖ ਹੀ ਲਵੋ ਕਿ ਕਿਵੇਂ ਉਹ ਆਪਣੀ ਜ਼ਿੱਦ ਤੇ ਅੜੇ ਰਹੇ। ਔਰ ਕਾਫੀ ਦੂਰ ਦੂਰ ਤੋਂ ਆਏ ਹੈ, ਓਲਡ ਲੇਡੀਜ਼ ਹੈ, ਬੱਚੇ ਵੀ ਹੈਗੇ। ਥੋੜਾ ਜਿਹਾ ਸਰ ਮੇਨ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਗ੍ਰੀਵੈਂਸਿਸ ਵੀ ਹੈਗੇ, ਸਾਨੂੰ ਵੀ ਪਤਾ ਹੈਗਾ ਸਰ, ਸਾਰੇ ਤੁਹਾਡੇ ਨਾਲ ਹੀ ਹੈਗੇ ਸਰ, ਤੁਸੀਂ ਵੀ ਸਰ ਪੰਜਾਬ ਦੇ ਹੋ, ਜਿਹੜੇ ਆ ਰਹੇ ਹੈ ਸਰ ਉਹ ਵੀ ਪੰਜਾਬ ਦੇ ਹੈ। ਸਾਡਾ ਪਰਸਨਲ ਟ੍ਰੈਕਟ ਕੋਈ ਨਹੀਂ ਹੈ, ਸਾਡਾ ਕੋਈ ਪਰਸਨਲ ਟ੍ਰੈਕਟ ਨਹੀਂ, ਅਸੀਂ ਲੋਕਾਂ ਵਾਸਤੇ ਬੈਠੇ, ਪੰਜਾਬ ਦੇ ਲੋਕਾਂ ਵਾਸਤੇ ਬੈਠੇ ਹਾਂ। ਅਸੀਂ ਇੱਥੇ ਮਾਰ ਮਿਟ ਜਾਵਾਂਗੇ, ਜੋ ਸਾਡਾ ਜੋ ਵੀ ਹੋਵੇ ਉਹ ਸਾਨੂੰ ਅਸੀਂ ਉਹ ਸਾਨੂੰ ਸਾਡੇ ਵਾਸਤੇ ਕੋਈ ਬੜਾ ਸੱਚਾ ਸੌਦਾ ਨਹੀਂ, ਔਖਾ ਨਹੀਂ ਕੰਮ ਇਹ, ਐਡੇ ਵੱਡੇ ਮੁੱਦੇ ਦੇ ਹਿਸਾਬ ਨਾਲ ਸਾਡਾ ਕੁਛ ਵੀ ਨਹੀਂ ਗਾ। ਨਹੀਂ ਮੈਂ ਮੰਨਦਾ ਵਾਂ ਸਰ, ਪਰ ਜਿਹੜੀ ਪਬਲਿਕ ਦੇਖੋ ਰੇਲਵੇ ਟਰੈਕ ਦੇ ਵਿੱਚ ਬੈਠੀ ਹੈ, ਉੱਥੇ ਟ੍ਰੇਨ ਦੇ ਵਿੱਚ ਬੈਠੀ ਹੈ, ਜਿਹੜੀ ਟ੍ਰੇਨ ਜਲੰਧਰ ਰੁਕੀ ਹੈ, ਉਹ ਵੀ ਤਾਂ ਸਰ ਪੰਜਾਬ ਦੀ ਪਬਲਿਕ ਹੈ, ਉਹ ਵੀ ਸਰ ਇੱਥੇ ਅੰਮ੍ਰਿਤਸਰ ਮੱਥਾ ਟੇਕਣ ਆ ਰਹੀ ਹੈ, ਲੋਕਾਂ ਲਈ ਆ ਰਹੀ ਹੈ। ਸਾਡਾ ਉਹਨਾਂ ਨਾਲ ਮਦਰਦੀ ਆ, ਅਸੀਂ ਉਹਨਾਂ ਨਾਲ ਸਾਡੀ ਮਦਰਦੀ ਆ, ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੈ, ਪਰ ਗੱਲ ਇਹ ਨਹੀਂ ਬੋਲਦੇ ਨਹੀਂ ਜੇ ਆ ਗਏ ਆ ਟ੍ਰੈਕ ਦੇ ਉੱਤੇ ਕਿੱਥੇ ਜਾਣਗੇ ਜੀ।
ਇੱਥੇ ਜਲ ਆਜ ਉਹ ਪਹੁੰਚ ਸਕਦੇ ਆ ਜਿੱਥੇ ਪਹੁੰਚ ਜਾਣ ਕਿੱਥੇ ਪਹੁੰਚ ਜਾਣਗੇ ਉਹ ਪਿਛਾਪੁਰ ਚਾਚਾ ਪਿਛਾਵੇ ਉਹਨਾਂ ਸਾਡੇ ਨਾਲ ਦੇਖੋ ਸਾਡੇ ਨਾਲ ਸਾਹਿਬ ਦੇਖੋ ਜੀ ਸਾਹਿਬ ਇਹ ਦੇਖੋ ਇਹ ਗੱਲਬਾਤ ਤੁਹਾਡੀ ਰਾਤੀ ਹੋਈ ਹਾਂ ਰਾਤੀ ਹੋਈ ਆ ਗੱਲਬਾਤ ਜਿਹੜੀ ਆ ਅਸੀਂ ਆਪਣੀ ਗੱਲਬਾਤ ਦੇ ਕੇ ਜੋ ਅਸੀਂ ਫੈਸਲਾ ਕੀਤਾ ਵਾ ਅਸੀਂ ਪੰਜਾਬ ਦੇ ਲੋਕਾਂ ਦੇ ਇੱਥੇ ਨੂੰ ਫੈਸਲੇ ਨੂੰ ਸਮਝਦੇ ਹਾਂ ਚਲੋ ਜੀ ਮੈਂ ਆਪਾਂ ਗੱਲ ਨੂੰ ਦੇਖੋ 5 ਮਿੰਟ ਵਾਸਤੇ ਅਸੀਂ ਤੁਹਾਡੀ ਵੇਟ ਕਰਦੇ ਹਾਂ ਜੀ ਇੱਕ ਸ਼ੰਦਾ ਰਵੇ ਉਸ ਤੋਂ ਬਾਅਦ ਜੇ ਕਿਸੇ ਗੱਲ ਦੇ ਹੈਗੇ ਆ ਤੇ ਫਿਰ ਸਾਨੂੰ ਇਹੀ ਹੈ ਜੀ ਅਸੀਂ ਗੱਡੀ ਨੂੰ ਕਿਤਨਾ ਕਿਤੇ ਪਿੱਛੇ ਕਰ ਰਹੇ ਹਾਂ ਅਸੀਂ ਠੀਕ ਹੈ ਜੀ ਉਹਨਾਂ ਦੀ ਮਦਦ ਕਰਕੇ ਕਿਉਂਕਿ ਮੇਰੀ ਫਿਰ ਵੀ ਤੁਹਾਨੂੰ ਬਣਦੀ ਹੈ ਜੀ 5 ਮਿੰਟ ਲਾ ਕੇ ਜੱਥੇ ਬੰਦੀ ਨਾਲ ਆਪਣੇ ਵੀਰਾਂ ਨੂੰ ਕਰਕੇ ਕੋਈ ਫਰਕ ਨਹੀਂ ਪੈਂਦਾ ਜੇ ਆਪਣੀ ਗੱਡੀ ਕਿਸੇ ਦੇਖੋ ਕਿ ਔਰ ਜਿਹੜੇ ਪੰਜਾਬ ਦੇ ਕਿਸਾਨ ਜੱਥੇ ਬਣਦੇ ਆ ਨਾ ਨਹੀਂ ਸਿਰਫ ਫੈਸਲਾ